ਗੋਰਿਆਂ ਦੇ ਕਾਲਿਆਂ ਦੇ ਵੀ ਘਰ ਘਰ ਬਾੜ ਦਿਓ ਜਾ ਕੇ ਵੀ ਇਹ ਕਿਸਾਨੀ ਦਾ ਮੁੱਦਾ ਕੀ ਆ ਮੋਦੀ ਨੂੰ ਐਡੇ ਵੱਡੇ ਪੱਧਰ ਤੇ ਬਦਨਾਮ ਕਰ ਦਿਓ ਯਾਰ ਵੀ ਇਹ ਇਹ ਚਿਹਰਾ ਮੋਦੀ ਚਿਹਰਾ ਵਾਨੀ ਅਡਾਨੀ ਵਰਗੇ ਜਿਵੇਂ ਡੈਨਾਸੌਰ ਲੱਭੇ ਨਹੀਂ ਨਾ ਡੈਨਾਸੌਰ ਦਾ ਹੁਣ ਉਹ ਕੁਝ ਲੱਭ ਨਹੀਂ ਰਿਹਾ ਉਵੇਂ ਇਹਨਾਂ ਦਾ ਕੁਝ ਲੱਭੇ ਨਾ ਐਨੇ ਸ਼ੇਅਰ ਕਰਿਆ ਕਰੋ ਘਰੇ ਬਾੜ ਦਿਆ ਕਰੋ ਯਾਰ ਵੀਡੀਓ ਗੋਰਿਆਂ ਕਾਲਿਆਂ ਦੇ ਵੀ ਬਾੜ ਦਿਓ ਵੀ ਇਹ ਰੌਲਾ ਕੀ ਆ ਕਿਉਂ ਇੱਥੇ ਦਿੱਲੀ ਬੈਠੇ ਆ ਬਰਫ 'ਚ ਸਾਰਾ ਕੁਝ ਲੱਗ ਜਾਏ ਪਤਾ ਸਭ ਨੂੰ ਅਜੇ ਉਹ ਰੇਡ ਕਾ ਫਸਿਆ ਪਿਆ ਜਿਹੜੇ ਆਪਾਂ ਕਾਨੂੰਨ ਰੱਦ ਕਰਾਉਣੇ ਆ ਹੁਣ ਇਹ ਦੁਬਾਰਾ ਕਹਿਣਗੇ ਵੀ ਭਾਈ ਅਸੀਂ ਉਹ ਦੋ ਕਾਨੂੰਨ ਛੋੜੇ ਲਿਆਉਂਦੇ ਨਹੀਂ ਤੁਸੀਂ ਵੀ ਕੁਝ ਜੁਨੀਅਨ ਨੂੰ ਕਹਿਣਗੇ ਇਹ ਵੀ ਤੁਸੀਂ ਵੀ ਸਾਡੀ ਕੁਝ ਮੰਨੋ ਵੀ ਸੌਦਾ ਕਰਾ ਲਓ ਸੌਦਾ ਆਪਾਂ ਕਰਾਉਣੀਆਂ ਨਹੀਂ ਕਰਾਉਣਾ ਪਰ ਰੱਦ ਹੀ ਆ ਰੋਜ਼-ਰੋਜ਼ ਨਹੀਂ ਇਹ ਤਾਮ-ਝਾਮ ਇਕੱਠਾ ਹੁੰਦਾ ਸਾਰਾ ਇੰਡੀਆ ਆਪਾਂ ਦਿੱਲੀ ਇਕੱਠਾ ਕਰ ਲਿਆ ਅਰਬਾਂ ਖਰਬਾਂ ਰੁਪਏ ਲੱਗ ਗਏ ਆਪਣੇ ਕਿੱਡਾ ਵੱਡਾ ਮੋਰਚਾ ਚਲਾ ਰਹੇ ਆ ਅਤੋਂਮਰ ਇਹਨਾਂ ਦਾ ਖੇਤੀਬਾੜੀ ਮੰਤਰੀ ਆਹ ਮੋਦੀ ਇੱਕ ਰਾਜਨਾਥ ਇਹ ਭਗਾਈ ਮਾਰੀ ਜਾਂਦੇ ਆ ਵੀ ਅਸੀਂ ਸਿੱਖਾਂ ਦੀ ਇੱਜ਼ਤ ਕਰਦੇ ਆਂ ਪੰਜਾਬੀ ਕਿਸਾਨਾਂ ਦੀ ਇੱਜ਼ਤ ਕਰਦੇ ਆਂ ਉਹਦੇ ਦਾ ਤੁਸੀਂ ਸਾਡੀ ਇੱਜ਼ਤ ਕੀਤੀ ਨਹੀਂ ਜਿੱਦੈ ਅਸੀਂ ਪੰਜਾਬ 'ਚ ਧਰਨੇ ਲਈ ਬੈਠੇ ਉਹਦੀ ਸਾਡੀ ਗੱਲ ਮੰਨ ਲੈਣ ਮੰਨ ਲੈਂਦੇ ਉਹਦੇ ਦਾ ਤੁਸੀਂ ਕਹਿੰਦੇ ਅਸੀਂ ਤਾਂ ਰੇਲ ਗੱਡੀਆਂ ਵੀ ਨਹੀਂ ਚਲਾਉਂਦੇ ਪੰਜਾਬ ਦਾ ਨੁਕਸਾਨ ਹੋਊਗਾ ਇਹਨਾਂ ਨੂੰ ਜੂਰੀਆਂ ਨਹੀਂ ਮਿਲਣਾ ਉਹਦੇ ਦਾ ਉਹਦੇ ਦਾ ਅਸੀਂ ਬਹੁਤ ਮਾੜੇ ਸੀ ਇਹ ਕੱਲੀ ਹੁਣ ਕਿਸਾਨਾਂ ਕਿਸੁਨਾਂ ਦੀ ਲੜਾਈ ਆ ਸਾਰੇ ਇੱਕ ਦੀ ਹਰ ਇੱਕ ਦੀ ਲੜਾਈ ਆ ਇਹ ਜਿਹੜੇ ਆਪਣੇ ਦੋ ਬੈਲ ਇਹਨਾਂ ਨੇ ਕਹਿ ਆਵੇ ਸੀ ਪ੍ਰਾਲੀ ਵਾਲਾ ਨਹੀਂ ਲੈ ਕੇ ਆਉਂਦੇ ਬਿਜਲੀ ਵਾਲਾ ਲੈ ਕੇ ਆਉਂਦੇ ਪਾਸ ਹੀ ਨਹੀਂ ਹੋਏ ਉਹ ਤਾਂ ਜਿਵੇਂ ਕਹਿੰਦੇ ਵੀ ਹਜੇ ਮੁੰਡਾ ਜੰਮੇ ਨਹੀਂ ਉਹ ਤਾਂ ਹਜੇ ਤੁਸੀਂ ਲਿਆਉਣੇ ਸੀਗੇ ਓਏ ਹੁਣ ਪਤਾ ਕੀ ਕਹਿਣਗੇ ਕਿਸਾਨ ਜੁਨੀਅਨ ਨੂੰ ਵੀ ਅਸੀਂ ਛੋੜਿਓ ਦੋ ਬਿਲਡ ਰੱਦ ਕਰਤੇ ਵੀ ਤੁਸੀਂ ਵੀ ਸਾਡੀ ਮਨੋਂ ਸੌਦਾ ਕਰਾ ਲਓ ਸੌਦਾ ਸੌਦਾ ਨਹੀਂ ਹੁੰਦੀਆਂ ਹੁਣ ਐਡਾ ਵੱਡਾ ਅਸੀਂ ਸਾਰਾ ਦੇਸ਼ ਇਕੱਠਾ ਕਰਕੇ ਲਿਆਂ ਕਰੋੜਾਂ ਰੁਪਏ ਸਾਡੇ ਖਰਚੇ ਹੋ ਗਏ ਇੱਕ ਜਿਹਨੇ ਪੰਜਾਬੀ ਬੈਠੇ ਆ ਇੰਗਲੈਂਡ 'ਚ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ 26 ਜਨਵਰੀ ਨੂੰ ਸੋਡੇ ਵਾਲਾ ਪ੍ਰਧਾਨ ਮੰਤਰੀ ਇੱਥੇ ਆਉਣ ਨੂੰ ਕਹਿੰਦਾਗਾ ਲਾਲ ਕਿਲੇ ਤੇ ਉਹਨੂੰ ਆਉਣ ਨਾ ਦਿਓ ਜਿਹੜੇ ਸੋਡੇ 37 ਐਮਪੀ ਆ ਉਹਨਾਂ ਕੋਲੇ ਰੌਲਾ ਪਾਓ ਪਹਿਲਾਂ ਵੀ ਤੁਸੀਂ 37 ਐਮਪੀਆਂ ਤੋਂ ਕਹਾਇਆ ਸੀ ਜਿਹੜੇ ਜਿਹੜੇ ਪੰਜਾਬੀਆਂ ਨੂੰ ਐਮਪੀ ਜਾਣਦੇ ਆ ਉਹ ਗੋਰੇ ਆ ਬੇਸ਼ੱਕ ਪੰਜਾਬੀ ਐਮਪੀ ਆ ਉਹਨਾਂ ਤੋਂ ਕਹਾਓ ਵੀ ਸੋਡਾ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਆਵੇ ਨਾ ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਸਾਰਿਆਂ ਨੂੰ ਫਤਿਹ ਜੀ ਹਾਂ ਮੇਰੇ ਖੱਚ ਕੇ ਸ਼ੇਅਰ ਕਰ ਦਿਓ ਤੇ ਕਰਦੇ ਆਂ ਫਿਰ ਗੱਲਾਂ ਬਾਤਾਂ ਉਹਦੇ ਵੀ ਥੋੜੇ ਨਾਲ ਗੱਲ ਹੋਈ ਸੀ ਵੀ ਜਿਹੜਾ ਮਰਜ਼ੀ ਕੱਲਾ ਮੈਂ ਨਹੀਂ ਜਿਹੜਾ ਮਰਜ਼ੀ ਬੰਦਾ ਵੀਡੀਓ ਪਾਉਂਦਾ ਕਿਸਾਨਾਂ ਦੇ ਹੱਕ 'ਚ ਉਹਨੂੰ ਬਸ ਖਿੱਚ ਕੇ ਸ਼ੇਅਰ ਕਰ ਦਿਓ ਗੋਰਿਆਂ ਦੇ ਕਾਲਿਆਂ ਦੇ ਵੀ ਘਰ ਘਰ ਬਾੜ ਦਿਓ ਜਾ ਕੇ ਵੀ ਇਹ ਕਿਸਾਨੀ ਦਾ ਮੁੱਦਾ ਕੀ ਆ ਮੋਦੀ ਨੂੰ ਐਡੇ ਵੱਡੇ ਪੱਧਰ ਤੇ ਬਦਨਾਮ ਕਰ ਦਿਓ ਯਾਰ ਵੀ ਇਹ ਇਹ ਚਿਹਰਾ ਮੋਦੀ ਚਿਹਰਾ ਵਾਨੀ ਅਡਾਨੀ ਮਰ ਕੇ ਜਿਵੇਂ ਡੈਨਾਸੌਰ ਲੱਭੇ ਨਹੀਂ ਨਾ ਡੈਨਾਸੌਰ ਦਾ ਹੁਣੋਂ ਕੁਝ ਲੱਭ ਨਹੀਂ ਰਿਹਾ ਉਵੇਂ ਇਹਨਾਂ ਦਾ ਕੁਝ ਲੱਭੇ ਨਾ ਇੰਨੇ ਸ਼ੇਅਰ ਕਰਿਆ ਕਰੋ ਘਰੇ ਬਾੜਦਿਆ ਕਰੋ ਯਾਰ ਵੀਡੀਓ ਗੋਰਿਆਂ ਕਾਲਿਆਂ ਦੀ ਬਾੜ ਦਿਓ ਵੀ ਰੌਲਾ ਕੀ ਆ ਕਿਉਂ ਇੱਥੇ ਦਿੱਲੀ ਬੈਠੇ ਆ ਬਰਫ 'ਚ ਸਾਰਾ ਕੁਝ ਲੱਗ ਜਾਏ ਪਤਾ ਸਭ ਨੂੰ ਇਹਦਾ ਚਿਹਰਾ ਨੰਗਾ ਕਰ ਦਿਓ ਆਲਵਾਰਡ ਤੇ ਮੋਦੀ ਦਾ ਵੀ ਇਹਨੂੰ ਕੋਈ ਦੇਸ਼ 'ਚ ਉਤਰਨਾ ਦੇਵੇ ਡਾਂਗ ਫੇਰਿਆ ਕਰੇ ਜਦੋਂ ਕਿਸੇ ਦੇਸ਼ 'ਚ ਉਤਰੇ ਜਾਂ ਮਾਨੀ ਅਡਾਨੀ ਵਰਗੇ ਕਿਸੇ ਦੇਸ਼ 'ਚ ਜਾਣ ਹਨਾ ਵੀ ਇੰਨਾ ਚੱਕਿਆ ਕਰੋ ਕੰਮ ਯਾਰ ਕੱਲਾ ਮੈਂ ਨਹੀਂ ਜਿਹੜਾ ਮਰਜੀ ਬੰਦਾ ਯਾਰ ਜਿਹਦੇ ਦੋ ਫਰੈਂਡ ਆ ਉਹ ਵੀ ਜੇ ਕਿਸਾਨਾਂ ਦੀ ਵੀਡੀਓ ਪਾਉਂਦਾ ਉਹਨੂੰ ਸ਼ੇਅਰ ਮਾਰਨਾ ਤੁਸੀਂ ਦੋ ਦੇ ਦੋ ਹੀ ਮਾਰਦੇ ਕ ਵਾ ਕੱਲਾ ਸ਼ਹਿਰ ਵਾਲਾ ਬਾਟਨ ਦਾ ਦੱਬਣਾ ਹੀ ਦੱਬਣਾ ਯਾਰ ਬੇਸ਼ੱਕ ਤੁਸੀਂ ਟਰਾਲੀਆਂ 'ਚ ਦਿੱਲੀ ਬੈਠੇ ਹੋ ਬੇਸ਼ੱਕ ਪੰਜਾਬ ਬੈਠੇ ਹੋ ਬੇਸ਼ੱਕ ਕੈਨੇਡਾ ਅਮਰੀਕਾ ਇੰਗਲੈਂਡ ਕਿੱਥੇ ਮਰਜੀ ਬੈਠੇ ਹੋ ਬੇਸ਼ੱਕ ਕੋਈ ਹਿੰਦੀ ਭਰਾ ਮੈਨੂੰ ਸੁਣਦਾ ਬਸ ਸ਼ਹਿਰ ਮਾਰਨਾ ਇਹਨੂੰ ਵੱੱਦ ਵੱੱਦ ਸਾਬ ਦੇ ਘਰੇ ਵਾੜਨਾ ਜਗਾੜ ਇਹ ਜਾ ਕੇ ਪਤਾ ਲੱਗ ਜੇ ਵੀ ਇਹ ਬਰਫ 'ਚ ਕਿਉਂ ਬੈਠਿਆ ਇੰਨਾ ਕੱਟ ਕਿਉਂ ਆ ਕੀ ਰੌਲਾ ਠੀਕ ਆ ਹੁਣ ਆਜੋ ਭਰਾਵੋ ਜਿਹੜੀ ਮੀਟਿੰਗ ਹੋਈ ਸੀ ਨਾ ਮੋਦੀ ਨਾਲ ਆਪਣੀ ਯੂਨੀਅਨ ਦੀ ਉਹਦੇ ਤੇ ਗੱਲ ਕਰਦੇ ਆਂ ਬੀ ਜਿਹੜੀਆਂ ਉਹ ਜਿੱਤ ਹੋਈ ਆ ਆਪਣੀ ਪਰਾਲੀ ਵਾਲੇ ਮੁੱਦੇ ਵਾਲੀ ਜਾਂ ਬਿਜਲੀ ਵਾਲੇ ਮੁੱਦੇ ਵਾਲੀ ਉਹ ਬਹੁਤ ਛੋਟੀ ਛੋਟੀ ਜਿੱਤ ਕਹਿਓ ਛੋਟੀ ਬਹੁਤ ਖੁਸ਼ੀ ਮਨਾਓ ਮੈਂ ਨਹੀਂ ਕਹਿੰਦਾ ਵੀ ਜਿੱਤ ਦੀ ਖੁਸ਼ੀ ਨਹੀਂ ਮਨਾਉਣੀ ਮਨਾਓ ਪਰ ਬਹੁਤ ਨਿੱਕੀਆਂ ਜਿੱਤਾਂ ਕਿਉਂਕਿ ਉਹ ਕਾਨੂੰਨ ਹਜੇ ਪਾਸ ਹੀ ਨਹੀਂ ਹੋਇਆ ਉਹ ਸਿਰਫ ਇਹ ਲਿਆ ਰਹੇ ਜੀ ਕਾਨੂੰਨ ਬਿਜਲੀ ਵਾਲਾ ਲਿਆ ਰਹੇ ਜੀ ਪ੍ਰਾਲੀ ਵਾਲਾ ਜਿਵੇਂ ਪ੍ਰਾਲੀ ਵਾਲਾ ਕਰੋੜ ਰੁਪਿਆ ਜੁਰਮਾਨਾ ਕਹਿੰਦੇ ਸੀ ਜਾਂ ਬਿਜਲੀ ਤੇ ਵੀ ਮੀਟਰ ਲਾ ਕੇ ਮੋਟਰਾਂ ਤੇ ਵੀ ਜਿਵੇਂ ਪਾਵਰ ਦੇ ਹਿਸਾਬ ਨਾਲ ਇਹਨਾਂ ਨੇ ਪੈਸੇ ਰੱਖਣੇ ਸੀ ਇੱਕ ਗਰੀ ਮਨ ਲੋ ਕਿਸਾਨਾਂ ਕੋਲੇ ਸਾਧਾਂ ਕੋਲੇ 4-4 5-5 ਕਿੱਲੇ ਐਨੇ ਮੀਰ ਐਨੇ ਵੱਡੇ ਟੱਕ ਵੀ ਹੈ ਨਹੀਂ ਤੇ ਇੱਕ ਇੱਕ ਕਿਸਾਨ ਨੂੰ 10-10 ਹਜ਼ਾਰ ਘਟੋ ਘਟੇ ਬਿੱਲ ਆਇਆ ਕਰਦੇ ਗੱਲ ਇਹ ਹੈ ਠੀਕ ਆ ਵੀ ਉਹ ਕਾਨੂੰਨ ਜਿਹੜੇ ਇਹਨਾਂ ਨੇ ਕਿਹਾ ਵੀ ਅਸੀਂ ਵਾਪਸ ਲੈਨੇ ਉਹ ਜੱਤ ਤਾਂ ਹੈਗੇ ਪਰ ਬਾੜੀ ਵੱਡੀ ਜੱਤ ਨਹੀਂ ਅਸਲ ਜਿਹੜਾ ਰੇਡ ਕਾ ਉੱਥੇ ਫਸਿਆ ਪਿਆ ਹਜੇ ਹਜੇ ਤਾਂ ਤਿੰਨੇ ਕਾਨੂੰਨ ਰੱਦ ਕਰਾਉਣ ਦੀ ਗੱਲ ਆ ਉਹ ਕਾਨੂੰਨ ਆਪਾਂ ਰੱਦ ਕਰਾ ਕੇ ਛੱਡਾਂਗੇ ਮੋਰਚਾ ਚੜ੍ਹਦੀ ਕਲਾ 'ਚ ਬਸ ਉਹਨੂੰ ਇੱਕ ਗੱਲ ਹੀ ਕਹੀ ਆ ਵੀ ਬਸ ਤੁਸੀਂ ਵੀਡੀਓ ਹੋ ਜਾਣਾ ਮਰਜ਼ੀ ਬੋਂਦਾ ਕੱਲਾ ਮੈਂ ਨਹੀਂ ਜਿਹੜਾ ਕਿਸਾਨ ਤੇ ਬੋਲਦਾ ਉਹਨੂੰ ਸਹਿਰ ਕਰਦਿਆ ਕਰੋ ਗੋਰਾ ਕਵਾਲਿਆਂ ਦੇ ਘਰੇ ਬਾੜ ਦਿਓ ਮੋਦੀ ਤੇ ਅਵਾਨੀ ਡਾਨੀ ਨੇ ਬਦਨਾਮ ਕਰ ਦਿਓ ਵੀ ਡਾਇਨਾਸੌਰ ਵਾਂਗੂ ਇਹਨਾਂ ਦੇ ਅਫਸੇਸ ਵੀ ਨਾ ਥਿਆ ਹੁਣ ਇੱਥੇ ਆਉਣ ਹੀ ਨਾ ਕਿਤੇ ਬੰਦੇ ਸੀਗੇ ਇਹਨਾਂ ਦਾ ਚਿਹਰਾ ਇੰਨਾ ਬਦਨਾਮ ਕਰ ਦਿਓ ਜਿਹੜੇ ਦੇਸ਼ ਚੁੱਤਰਾ ਕਰਨ ਡਾਂਗ ਲੈ ਕੇ ਮੂਰੇ ਖੜਾ ਹੋਇਆ ਕਰੇ ਅਵਾਨੀ ਡਾਨੀ ਤੇ ਮੋਦੀ ਦੇ ਠੀਕ ਆ ਸਹਿਰ ਕਰਦਿਆ ਕਰੋ ਕੱਲੀ ਮੇਰੀ ਨਹੀਂ ਜਿਹਦਾ ਮਰਜੀ ਠੀਕ ਆ ਅਜੇਤ ਆਪਣੀ ਕੋਈ ਖੁਸ਼ੀ ਮਨਾਓ ਉਹਦੇ ਨਾਲ ਪੋਜੀਟਿਵ ਹੁੰਨੇ ਆ ਜਿਹੜੇ ਦੋ ਕਾਨੂੰਨ ਇਹ ਵਿੱਲੇ ਆਉਂਦੇ ਨੇ ਅਸੀਂ ਬਿਜਲੀ ਤੇ ਪਰਾਲੀ ਵਾਲਾ ਵੱਡੀ ਜਿੱਤ ਨਹੀਂ ਹੈਗੀ ਪਰ ਉਹ ਖੁਸ਼ੀ ਮਨਾ ਲਓ ਖੁਸ਼ੀ ਮਨਾਉਣੀ ਚੰਗੀ ਗੱਲ ਆ ਕਿਉਂਕਿ ਜੇ ਨਿੱਕੀਆਂ ਨਿੱਕੀਆਂ ਜਿੱਤਾਂ ਤੇ ਖੁਸ਼ੀ ਮਨਾਵਾਂਗੇ ਤਾਂ ਵੱਡੀਆਂ ਫੇਰ ਹੀ ਮਿਲਣਗੀਆਂ ਹਜੇ ਉਹ ਰੇਡ ਕਾ ਫਸਿਆ ਪਿਆ ਜਿਹੜੇ ਆਪਾਂ ਕਾਨੂੰਨ ਰੱਦ ਕਰਾਉਣੇ ਆ ਹੁਣ ਇਹ ਦੁਬਾਰਾ ਕਹਿਣਗੇ ਵੀ ਭਾਈ ਅਸੀਂ ਉਹ ਦੋ ਕਾਨੂੰਨ ਛੋੜੇ ਲਿਆਉਂਦੇ ਨਹੀਂ ਤੁਸੀਂ ਵੀ ਕੁਝ ਜੁਨੀਅਰ ਨੂੰ ਕਹਿਣਗੇ ਇਹ ਵੀ ਤੁਸੀਂ ਵੀ ਸਾਡੀ ਕੁਝ ਮੰਨੋ ਵੀ ਸੌਦਾ ਕਰਾ ਲਓ ਸੌਦਾ ਆਪਾਂ ਕਰਾਉਣੀਆਂ ਨਹੀਂ ਕਰਾਉਣਾ ਪਰ ਰੱਦੀ ਆ ਰੋਜ਼-ਰੋਜ਼ ਨਹੀਂ ਇਹ ताम-ਝਾਮ ਇਕੱਠਾ ਹੁੰਦਾ ਸਾਰਾ ਇੰਡੀਆ ਆਪਾਂ ਦਿੱਲੀ ਇਕੱਠਾ ਕਰ ਲਿਆ ਅਰਬਾਂ ਖਰਬਾਂ ਰੁਪਏ ਲੱਗ ਗਏ ਆਪਣੇ ਕਿੱਡਾ ਵੱਡਾ ਮੋਰਚਾ ਚਲਾ ਰਹੇ ਹਾਂ ਹੁਣ ਆਪਾਂ ਸੌਦਾ ਦੇ ਨਹੀਂ ਮੰਨਣਾ ਆਪਾਂ ਹੁਣ ਕੱਲੀਆਂ ਇਹ ਇਹਦਾ ਰੱਦ ਕਰਾਉਣੀ ਕਰਾਉਣੇ ਆ ਹੋਰ ਵੀ ਤਿੰਨ ਚਾਰ ਮੁੱਦੇ ਆਪਾਂ ਠਾਓ ਜਿਹੜੇ ਆਪਣੇ ਖੇਤੀ ਲਈ ਜਿਵੇਂ ਪਿੰਡਾਂ ਇਹਨਾਂ ਨੂੰ ਕਹੋ ਵੀ ਭਾਈ 10-10 ਪਿੰਡਾਂ ਦਾ 에어ਪੋਰਟ ਬਣਾਓ ਸਾਡਾ ਵਪਾਰ ਹੋਣ ਲਾਓ ਸਾਡੇ ਬਾਰਡਰ ਖੋਲੋ ਕੁਝ ਵੀ ਕਰੋ ਯਾਰ ਹੋਰ ਵੀ ਮੰਗਾ ਧਰੋ ਚੱਲੀਆਂ ਇਹ ਤਿੰਨੇ ਕਾਨੂੰਨਾਂ ਦੇ ਨਾਲ ਖੜੋ ਜਿੱਡਾ ਆਪਣਾ ਤਾਮ ਝਾਮ ਆਪਾਂ ਐਡਾ ਸਮਾਨ ਇਕੱਠਾ ਕੀਤਾ ਉਹਦੇ ਹਿਸਾਬ ਨਾਲ ਇਕੱਲੇ ਕਾਨੂੰਨਾਂ ਦੇ ਨਹੀਂ ਆਪਾਂ ਨੂੰ ਖੜਨਾ ਚਾਹੀਦਾ ਵੱਡੀ ਗੱਲ ਕਰਨੀ ਚਾਹੀਦਾ ਜੇ ਹੋਰ ਆ ਹੋਰ ਮੰਗਾ ਤੇੜੋ ਸਮਾਮੀ ਨਾਥਨ ਰਿਪੋਰਟ ਉਹ ਵੀ ਸਮਾਮੀ ਨਾਥ ਨਾਲੀ ਉਹ ਵੀ ਲਾਗੂ ਕਰਾਓ ਜੁਨੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੱਡੇ ਕੰਮ ਕਰੋ ਤੇ ਮੋਰਚਾ ਚੜ੍ਹਦੀ ਕਿਲਾ ਜੱਜ ਕੇ ਮੁੜਾਂਗੇ ਹਜੇ ਵੀ ਜਿਹੜੇ ਘਰਾਂ ਚ ਬੈਠਿਆ ਆ ਜੋ ਕਰਾਂ ਬਾਰੀਆਂ ਮਾ ਲੋ ਕੁਸ ਆ ਜਾ ਕਰੋ ਕੁਸ ਬਗ ਜਾ ਕਰੋ ਰਾਜਸਥਾਨ ਵਾਲੇ ਵੀ ਆ ਕੇ ਬਾਰਡਰ ਪੰਨ ਕੇ ਗੁਜਰਾਤ ਵਾਲੇ ਵੀ ਇਕੱਠੇ ਹੋ ਰਿਆ ਸਾਰਾ ਦੇਸ਼ ਇਕੱਠਾ ਹੋ ਗਿਆ ਜਲੂਸ ਕੱਢ ਦੋ ਮੋਦੀ ਦਾ ਇਹ ਮੁੜ ਕੇ ਇੱਥੇ ਆਵੇ ਨਾ ਮੋਦੀ ਆ ਹੁਣ ਆ ਤੂੰ ਮਰੇ ਇਹਨਾਂ ਦਾ ਖੇਤੀਬਾੜੀ ਮੰਤਰੀ ਆਹ ਮੋਦੀ ਇੱਕ ਰਾਜਨਾਥ ਇਹ ਭਗਾਈ ਮਾਰੀ ਜਾਂਦੇ ਆ ਵੀ ਅਸੀਂ ਸਿੱਖਾਂ ਦੀ ਇੱਜ਼ਤ ਕਰਦੇ ਆਂ ਪੰਜਾਬੀ ਕਿਸਾਨਾਂ ਦੀ ਇੱਜ਼ਤ ਕਰਦੇ ਆਂ ਉਹਦੇ ਦਾ ਤੁਸੀਂ ਸਾਡੀ ਇੱਜ਼ਤ ਕੀਤੀ ਨਹੀਂ ਜਿੱਦੇ ਅਸੀਂ ਪੰਜਾਬ 'ਚ ਧਰਨੇ ਲਈ ਬੈਠੇ ਆਂ ਉਹਦੇ ਦੀ ਸਾਡੀ ਗੱਲ ਮੰਨ ਲੈਣ ਮੰਨ ਲੈਂਦੇ ਉਹਦੇ ਦਾ ਤੁਸੀਂ ਕਹਿੰਦੇ ਅਸੀਂ ਤਾਂ ਰੇਲ ਗੱਡੀਆਂ ਵੀ ਨਹੀਂ ਚਲਾਉਂਦੇ ਪੰਜਾਬ ਦਾ ਨੁਕਸਾਨ ਹੋਊਗਾ ਇਹਨਾਂ ਨੂੰ ਜੂਰੀਆ ਨਹੀਂ ਮਿਲਣਾ ਉਹਦੇ ਦਾ ਉਹਦੇ ਦਾ ਅਸੀਂ ਬਹੁਤ ਮਾੜੇ ਸੀ ਅੱਜ ਜਦੋਂ ਤੁਹਾਡੀ ਹੱਕ ਤੇ ਚੜ ਗਏ ਆ ਕੇ ਸਾਰਾ ਅਸੀਂ ਇੰਡੀਆ ਇਕੱਠਾ ਕਰ ਲਿਆ ਅੱਜ ਅਸੀਂ ਸਿੱਖ ਵੀ ਚੰਗੇ ਹੋ ਗਏ ਅੱਜ ਅਸੀਂ ਪੰਜਾਬੀ ਕਿਸਾਨ ਵੀ ਚੰਗੇ ਹੋ ਗਏ ਅੱਜ ਸਾਰਾ ਕੁਝ ਵੀ ਚੰਗਾ ਹੋ ਗਿਆ ਉਹ ਤੋਂ ਸੁਣੋ ਜੀ ਕਿਆ ਜੀ ਵੀ 3 ਮਹੀਨਿਆਂ ਦੇ ਅਸੀਂ ਰੇਲ ਗੱਡੀਆਂ ਦੇ ਲੀਹਾਂ ਤੇ ਬੈ ਨੂੰ ਦਿੱਲੀ ਆਉਣਾ ਨਾ ਪਵੇ ਸੋਨੋ ਅਜੇ ਇਹ ਕਿਹੜਾ ਬੈਰੀਕੇਡ ਤੋੜੇ ਆਉਣਗੇ ਇਹ ਕਿਹੜਾ ਜਲੀ ਆ ਜਾਣਗੇ ਖੱਟਰ ਦਾ ਜਲੂਸ ਘੜਤਾ ਮੋਦੀ ਦਾ ਜਲੂਸ ਨਿਕਲ ਗਿਆ ਇਹਨਾਂ ਦੇ ਸਾਰੇ ਮੰਤਰੀਆਂ ਦਾ ਜਲੂਸ ਨਿਕਲ ਗਿਆ ਜੇ ਇਹਨੇ ਨਾ ਹਜੇ ਰੱਦ ਰੁੱਦ ਕੀਤੇ ਨਾ ਮਹੀਨਾ 20 ਦਿਨਾਂ ਲੋਕਾਂ ਨੇ ਸੰਸਦ 'ਚ ਵੜ ਜਣਾ ਦੀ ਸਰਕਾਰ ਟੁੱਟ ਜਾਣੀ ਐ ਨਵਾਂ ਪ੍ਰਧਾਨ ਮੰਤਰੀ ਉਹ ਆਪਣੀ ਗਾਰੰਟੀ ਆ ਠੀਕ ਆ ਇਹ ਤਿੰਨੇ ਕਾਨੂੰਨ ਤਾਂ ਰੱਦ ਕਰਾਉਣੀ ਕਰਾਉਣਿਆ ਹੋਰ ਵੀ ਚਾਰ ਮੰਗਾਂ ਰੱਖੋ ਨਾਲ ਕਿਉਂਕਿ ਰੋਜ਼ ਨਹੀਂ ਐਡਾ ਤਾਮ-ਚਾਮ ਇਕੱਠਾ ਹੁੰਦਾ ਆਪਾਂ ਕਰੋੜਾਂ ਰੁਪਏ ਖਰਚ ਕਰਦੇ ਧਰਨੇ ਤੇ ਲੰਗਰ ਲਾਤੇ ਸ਼ੌਕਸ ਕਰਤਾ ਹੁਣ ਤਾਂ ਉੱਥੇ ਉੱਥੇ ਗੱਲਾਂ ਹੁਣ ਤਾਂ ਇੱਥੋਂ ਤੱਕ ਗੱਲਾਂ ਚੱਲੀ ਜਾਂਦੀਆਂ ਵੀ ਇੱਥੇ ਕਬੱਡੀ ਦਾ ਟੂਰਨਾਮੈਂਟ ਵੀ ਹੋ ਰਿਹਾ ਲੰਗਰ ਵੀ ਪੱਕੇ ਪਾ ਰਹਿਆ ਲੈਟਰ ਪਾ ਰਹਿਆ ਥੋੜੇ ਦਿਨ ਹੀ ਜਾਂਦੇ ਸੀ ਇਦਾਂ ਦੀਆਂ ਯਾਦਾਂ ਵੀ ਇੱਥੇ ਰੋੜਾਂ ਦੀ ਬਣਾ ਦੇਣਗੇ ਲੋਕ ਅੱਕੇ ਖੜੇ ਹਨਾਂ ਤੋਂ ਪਤਾ ਹੀ ਨਹੀਂ ਯਾਰ ਕੀ ਕੁਝ ਹੋ ਜੇ ਇਹ ਲਹਿਰ ਸਾਰੇ ਬਲਡ ਨੂੰ ਵੱਡੀ ਚੱਲ ਰਹੀ ਆ ਤੇ ਸਿਰਾ ਹੋ ਗਿਆ ਆਮਾਨੀ ਅਡਾਨੀ ਵਰਗਾ ਜਲੂਸ ਕੱਢਦੇ ਜਿਹੜੇ ਆਪਣਾ ਯਾਰ ਕਿਸਾਨਾਂ ਦੇ ਵਿਰੋਧਾਂ ਨੂੰ ਛੱਡੋ ਹੀ ਨਾ ਫੜਕਾ ਦਾ ਡਾਂਗ ਫੇਰੋ ਕਮਾ ਲਿਓ ਕੰਮ ਨਾ ਜਲੂਸ ਕੱਢ ਦਿਓ ਸਾਰਾਂ ਦਾ ਅਵਾਨੀ ਅਡਾਨੀ ਵਰਗਾਂ ਦਾ ਮੋਦੀ ਦਾ ਖੇਤੀવાડી ਤੂਮਰ ਦਾ ਰਾਜਨਾਸ਼ ਦਾ ਹੁਣ ਤਾਂ ਫੌਜ ਪੁਲਿਸ ਵੀ ਕਹਿ ਰਹੀ ਹੈ ਵੀ ਯਾਰ ਇਹ ਕਾਨੂੰਨ ਇਹਨੇ ਮਾੜੇ ਲੈਂਦੇ ਉਹਨੂੰ ਰੱਦ ਕਰੋ ਹੁਣ ਤਾਂ ਨਵੀਆਂ ਫੋਟੋਆਂ ਵਾਇਰਲ ਹੋ ਰਹੀਆਂ ਗੋਭੀ ਇਹੇ ਪ੍ਰਧਾਨ ਆਪੋ ਤੋਂ ਗੋਭੀ 5 ਰੁਪਏ ਲੈ ਕੇ ਉੱਤੇ 6-600 ਰੁਪਏ ਕਿਲੋ ਵੇਚੀ ਜਾਂਦੇ ਆ ਮਿਰਚਾਂ ਵੇਚੀ ਜਾਂਦੇ ਆ ਮਹਿੰਗੀਆਂ ਬੂਰੀਆਂ ਫੁੱਲ ਇਹ ਆਪਣਾ ਇਹ ਕੱਲੀ ਹੁਣ ਕਿਸਾਨਾਂ ਕਿਸੁਨਾਂ ਦੀ ਲੜਾਈ ਆ ਸਾਰੇ ਇੱਕ ਦੀ ਹਰ ਇੱਕ ਦੀ ਲੜਾਈ ਆ ਇਹ ਜਿਹੜੇ ਆਪਣੇ ਦੋ ਬੈਲ ਇਹਨਾਂ ਨੇ ਕਿਹਾ ਵੀ ਅਸੀਂ ਪ੍ਰਾਲੀ ਵਾਲਾ ਨਹੀਂ ਲੈ ਕੇ ਆਉਂਦੇ ਬਿਜਲੀ ਵਾਲੇ ਨੇ ਕਿਹਾ ਪਾਸ ਹੀ ਨਹੀਂ ਹੋਏ ਉਹ ਤਾਂ ਜਿਵੇਂ ਕਹਿੰਦੇ ਵੀ ਹਜੇ ਮੁੰਡਾ ਜੰਮੇ ਨਹੀਂ ਉਹ ਤਾਂ ਹਜੇ ਤੁਸੀਂ ਲਿਆਉਣੇ ਸੀਗੇ ਓਏ ਹੁਣ ਪਤਾ ਕੀ ਕਹਿਣਗੇ ਕਿਸਾਨ ਜੁਨੀਆ ਨੂੰ ਵੀ ਅਸੀਂ ਛੋੜਦੇ ਆ ਦੋ ਬਿਲ ਰੱਦ ਕਰਤੇ ਵੀ ਤੁਸੀਂ ਵੀ ਸਾਡੀ ਮਨੋਂ ਸੌਦਾ ਕਰਾ ਲਓ ਸੌਦਾ ਸੌਦਾ ਨਹੀਂ ਹੁੰਦੀਆਂ ਹੁਣ ਐਡਾ ਵੱਡਾ ਅਸੀਂ ਸਾਰਾ ਦੇਸ਼ ਇਕੱਠਾ ਕਰਕੇ ਲੈ ਆਂ ਕਰੋੜਾਂ ਰੁਪਏ ਸਾਡੇ ਖਰਚੇ ਹੋ ਗਏ ਰੋਜ਼ ਦਾ ਸਾਡਾ 2-3 ਕਰੋੜ ਰੁਪਏ ਲੱਗ ਜਾਂਦਾ ਸਾਡੇ ਦਿਮਾਗ ਤੇ ਨੇ ਹੁਣ ਲੋਡ ਹੈਗਾ ਹੁਣ ਤਾਂ ਅਸੀਂ ਸਾਰੇ ਰੱਦ ਕਰਾਵਾਂਗੇ ਕੋਈ ਸੌਦਾ ਸਾਦਾ ਤੇ ਨਹੀਂ ਮੰਨਣਾ ਅਸੀਂ ਹੁਣ ਤਾਂ ਸੌਦਾ ਜਲੂਸ ਕੱਢੇ ਕੱਲੀਆਂ ਸੌਦਾ ਤੋਂ ਬਣਾ ਬਾਈ ਕਹਿੰਦਾ ਏਬੀਐਮ ਮਸ਼ੀਨਾ ਹਾਂ ਏਬੀਐਮ ਮਸ਼ੀਨਾ ਦੇ ਵੀ ਹੁਣ ਜਰਾ ਏਡਾ ਦੇਸ਼ ਇਕੱਠਾ ਹੋਇਆ ਮਸ਼ੀਨਾ ਮਸੂਨਾ ਦਾ ਵੀ ਰੌਲਾ ਪਾ ਹੁਣ ਤਾਂ 10 ਮੰਗਾ ਨਾ ਤਾਂ ਹੋਰ ਲਓ ਸਵਾਮੀ ਨਾਥਨ ਰਿਪੋਰਟ ਲਾਗੂ ਕਰਾਓ ਸਾਰਿਆਂ ਯਾਰ ਪੰਜਾਬ ਦੇ ਵੱਤ-ਵੱਤ ਫਾਇਦੇ ਲਓ ਪਾਣੀਆਂ ਪੂਣੀਆਂ ਦਾ ਮੁੱਲ ਲਓ ਚੰਡੀਗੜ੍ਹ ਦਾ ਵੀ ਸਾਰਾ ਕੁਝ ਹੀ ਕਹੋ ਯਾਰ ਜਲੂਸ ਕੱਢ ਦਿਓ ਯਾਰ ਹੁਣ ਤਾਂ ਇੰਨੇ ਲੋਟ ਆਏ ਬਿਆ ਵੀ ਹੁਣੇ ਨਾ ਖੜਾ ਨਾ ਛੋਟਾ ਜਿੱਤ ਕੇ ਮੁੜਾਂਗੇ ਤਿੰਨੇ ਕਾਨੂੰਨ ਰੱਦ ਕਰਾ ਕੇ ਮੁੜਨੇ ਆ ਰੱਦ ਕਰਾ ਕੇ ਹੁਣ ਤਾਂ ਬਸ ਮੰਨਣੇ ਆ ਕੁਛ ਮਰਜ਼ੀ ਹੋ ਜੇ ਉਹ ਤਾਂ ਹਾਰਾ ਦੇਸ਼ ਇਕੱਠਾ ਕਰ ਲਿਆ ਉਹ ਤਾਂ ਇਹ ਕਹਿੰਦੇ ਅਸੀਂ ਤਾਂ ਪੰਜਾਬ ਨੂੰ ਜਿਹੜੇ ਟ੍ਰੇਨਾਂ ਨਹੀਂ ਚਲਾਉਂਦੇ ਸਾਨੂੰ ਨਹੀਂ ਜੁਰੀਆਂ ਮਿਲਣਾ ਅਸੀਂ ਤਾਂ ਜੀ ਪੰਜਾਬ ਦਾ ਨੁਕਸਾਨ ਹੁੰਦਾ ਅਸੀਂ ਨਹੀਂ ਛੋਟੀ ਸੁਣਦੇ ਜਦੋਂ ਅਸੀਂ ਪੰਜਾਬ ਚ ਤਿੰਨ ਮਹੀਨੇ ਟ੍ਰੇ ਰੇਲ ਦੀਆਂ ਲੈਣਦੇ ਸਾਨੂੰ ਤੁਸੀਂ ਸਮਝੀ ਨਹੀਂ ਕੋਸੇ ਫਿਰ ਜਦੋਂ ਸਾਡੇ ਕਿਸਾਨ ਯੂਨੀਅਨ ਵਾਲੇ ਇੱਥੇ ਛੋਟੇ ਕੋਲ ਮੀਟਿੰਗ ਕਰਨ ਵਾਲੇ ਉਦੋਂ ਨਹੀਂ ਕੋਸੇ ਸਮਝਿਆ ਫਿਰ ਖੱਤਰ ਜene ਖੱਤਰ ਜene ਬੈਰੀਕੇਡ ਲਾਤੇ ਵੀ ਇਹ ਕਿਹੜਾ ਦਿੱਲੀ ਜਾ ਸਕਦੇ ਆ ਸਾਨੂੰ ਪਤਾ ਨਹੀਂ ਸੀ ਵੀ ਐਡਾ ਕੰਮ ਹੋਊਗਾ ਸਾਨੂੰ ਜਿਹੜੇ ਪੰਜਾਬੀ ਆ ਨਾ ਉਹ ਗ੍ਰਾਮੀ ਸਹਿੰਦੇ ਨਹੀਂ ਨਾਲੇ ਨਿਗਾਹ ਰੱਖਣਾ ਸਾਡੇ ਇਤਿਹਾਸ ਚ ਹੁਣ ਅਸੀਂ ਬੈਗ ਨਹੀਂ ਮੁੜਦੇ ਜਿੱਤ ਕੇ ਮੁੜਾਂਗੇ ਜਲੂਸ ਇਹਨਾਂ ਦਾ ਨਿਕਲਿਆ ਪਿਆ ਕੈਮਰਾ ਹੋ ਹਰ ਦੇ ਤਾਂ ਹੈ ਨਹੀਂ ਚੜਦੀ ਕਲਾ 'ਚ ਧਰਨਾਗਾ ਜਮਾਂ ਐਂਡ ਹੋ ਗਿਆ ਬਸ ਇੱਕ ਗੱਲ ਨੋਟ ਰੱਖਿਓ ਵੀ ਦਵਾਰੇ-ਦਵਾਰੇ ਗਾਣਾ ਤੁਸੀਂ ਆਏ ਨਾ ਕਹੋ ਵੀ ਮੈਂ ਆ ਆ ਦੀ ਵੀਡੀਓ ਸ਼ੇਅਰ ਕਰਾਉਣ ਦਾ ਮੈਨਰੇ ਮੇਰੀ ਦਾ ਸ਼ੇਅਰ ਕਰੋ ਨਾ ਕਰੋ ਮੈਂ ਤਾਂ ਪਹਿਲੀ ਮਿੰਟ ਤਾਂ ਬਾਬੇ ਦੀ ਕਿਰਪਾ ਹਰ ਪੰਜਾਬ ਜਾਣ ਦਾ ਹਰੀ ਦੁਨੀਆ ਜਾਣ ਦੀ ਹੈ ਠੀਕ ਆ ਮੈਂ ਤਾਂ ਕੋਈ ਲੋੜ ਹੀ ਨਹੀਂ ਪਰ ਇੱਕ ਗੱਲ ਨੋਟ ਕਰ ਲਓ ਜਿਹੜਾ ਬੰਦਾ ਕਿਸਾਨਾਂ ਤੇ ਵੀਡੀਓ ਪਾਉਂਦਾ ਵੇਸਾ ਕੋ ਹਿੰਦੂ ਆ ਸਿੱਖ ਆ ਮੁਸਲਮਾਨ ਆ ਆ ਗੋਰਾ ਜਿਹੜਾ ਮਰਦੀ ਆ ਉਹ ਤੇ ਸ਼ੈਰ ਵਾਲਾ ਬਟਨ ਦੱਬ ਦਿਆ ਕਰੋ ਵੈਸਾ ਟਰਾਲੀਆਂ 'ਚ ਬੈਠਣ ਪੰਜਾਬ ਬੈਠਣ ਇੰਗਲੈਂਡ ਬੈਠਣ ਕੈਨੇਡਾ ਅਮਰੀਕਾ ਪਤਾ ਕਿਉਂ ਸ਼ੈਰ ਵਾਲਾ ਬਟਨ ਦੱਬ ਦਿਆ ਕਰੋ ਕਿਉਂਕਿ ਕੱਲੇ ਕੱਲੇ ਗੋਰੇ ਦੇ ਕਾਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਉਹਨਾਂ ਦੇ ਘਰਾਂ 'ਚ ਵੀਡੀਓ ਬਾੜ ਦਿਓ ਪਤਾ ਲੱਗ ਜੇ ਮੋਦੀ ਦਾ ਚਿਹਰਾ ਨੰਗਾ ਕਰ ਦਿਓ ਬਾਹਰ ਬਾਨੀ ਅਡਾਨੀ ਮੋਦੀ ਨੂੰ ਕੋਈ ਨਿਕਲੀ ਨਾ ਦੇਵੇ ਇਹਨਾਂ ਦੇ 에어ਪੋਰਟ ਤੇ ਡਾਂਗਾ ਫਿਰਨ ਬਾਹਰ ਇੱਥੋਂ ਦਾ ਇੱਕ ਕੰਮ ਵਧਾ ਦਿਓ ਠੀਕ ਆ ਇੱਕ ਜਨੇ ਪੰਜਾਬੀ ਬੈਠੇ ਆ ਇੰਗਲੈਂਡ ਚ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਵੀ 26 ਜਨਵਰੀ ਨੂੰ ਸੋਡੇ ਵਾਲਾ ਪ੍ਰਧਾਨ ਮੰਤਰੀ ਇੱਥੇ ਆਉਣ ਨੂੰ ਕਹਿੰਦਾਗਾ ਲਾਲ ਕਿਲੇ ਤੇ ਉਹਨੂੰ ਆਉਣ ਨਾ ਦਿਓ ਜਿਹੜੇ ਛੋਟੇ 37 ਐਮਪੀ ਆ ਉਹਨਾਂ ਕੋਲੇ ਰੌਲਾ ਪਾਓ ਪਹਿਲਾਂ ਵੀ ਤੁਸੀਂ 37 ਐਮਪੀਆਂ ਤੋਂ ਕਹਾਇਆ ਸੀ ਜਿਹੜੇ ਜਿਹੜੇ ਪੰਜਾਬੀਆਂ ਨੂੰ ਐਮਪੀ ਜਾਣਦੇ ਆ ਉਹ ਗੋਰੇ ਆ ਬੇਸ਼ੱਕ ਪੰਜਾਬੀ ਐਮਪੀ ਆ ਉਹਨਾਂ ਤੋਂ ਕਹਾਓ ਵੀ ਛੋਡਾ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਆਵੇ ਨਾ ਬਾਕੀ ਕਿਸਾਨ ਯੂਨੀਅਨ ਵੀ ਪ੍ਰੋਗਰਾਮ ਦੇ ਰਹੀ ਆ ਬਹੁਤ ਵੱਡਾ ਪ੍ਰੋਗਰਾਮ ਦੇ ਰਹੀ ਆ ਕਿਸਾਨ ਯੂਨੀਅਨ ਲਾਲ ਕਿਲੇ ਦੀਆਂ ਤਿਆਰੀਆਂ ਸੰਸਦ ਦੀਆਂ ਤਿਆਰੀਆਂ ਸਿਰਾ ਹੋ ਗਿਆ ਜਿੱਤ ਕੇ ਮੁੜਾਂਗੇ ਡਰੋ ਨਾ ਹੁਣ ਹੌਸਲਾ ਰੱਖੋ ਵੱਧ ਤੋਂ ਵੱਧ ਪੰਜਾਬ ਇੱਥੇ ਪਹੁੰਚੋ ਡਾਂਗਾ ਮਾਰਦੇ ਬੱਜਦੇ ਨੇ ਗੋਲੀਆਂ ਬਾਜਦੇ ਨੇ ਬੱਜਦੇ ਨੇ ਜੜਾ ਕੁਸੋਂਦਾ ਹੋਣ ਦੇ ਜਿਤ ਜਮੀਨ ਹੀ ਨਾ ਪੱਲੇ ਰਹੀ ਰਹੂਗੀ ਛੋਡੇ ਪਰ ਹੁਣ ਐਡਾ ਵੱਡਾ ਇਕੱਠ ਹੋ ਗਿਆ ਐਡੇ ਵੱਡੇ ਲੰਗਰ ਲਾਤੇ ਐਡਾ ਵੱਡਾ ਧਾਮ ਚਾਮ ਕਰ ਲੈ ਮੈਨੂੰ ਤਾਂ ਲੱਗਦਾ ਤਿੰਨੇ ਕਾਨੂੰਨ ਰੱਦ ਕਰਾਉਣ ਤੋਂ ਬਣਾ ਹੋਰ ਵੀ ਇਹਨਾਂ ਤੋਂ 10 ਮੰਗਾ ਲੋ ਰੋਜ਼ ਨਹੀਂ ਇਹ ਪ੍ਰੋਗਰਾਮ ਹੁੰਦੇ ਠੀਕ ਆ ਬੇਸ਼ੱਕ ਜਦੋਂ ਲੜ ਹੋਰ ਮਹੀਨਾ ਚੱਲ ਜਾਏ ਸਾਲ ਚੱਲ ਜਾਏ ਬਾਲਾ ਵੱਡਾ ਜਗਾੜ ਕਰ ਲਿਆ ਆਪਾਂ ਸਾਰਾ ਕੁਝ ਹੁਣ ਤਾਂ ਆਪਣੇ ਇੱਥੇ ਘਰ ਪੈ ਗਏ ਹੁਣ ਬੈਗ ਬੰਨ ਦੀ ਲੋੜ ਨਹੀਂ ਬਾ ਕੈਮਰਾ ਜੱਟ ਕੇ ਮੋੜਾਂਗੇ ਹੌਸਲਾ ਰੱਖੋ 네ਗੇਟਿਵ ਤਾਂ ਸੋਚਣੀ ਨਹੀਂ ਪੋਜ਼ਿਟਿਵ ਸੋਚੋ ਬਸ ਹੁਣ ਸਾਡੀਆਂ ਧੀਆ ਮਾਵਾਂ ਭੈਣਾਂ ਸਾਬ ਉਹ ਵੀ ਪਹੁੰਚਣ ਕਿਉਂਕਿ ਸਾਰਿਆਂ ਦਾ ਹਿੱਸਾ ਬਰਾਬਰ ਆ ਤੇ ਸਾਡੇ ਜਿਹੜੇ ਨੌਜਵਾਨ ਹਜੇ ਵੀ ਘਰਾਂ 'ਚ ਬੈਠੇ ਆ ਮੇਰੇ ਬਾਪੂ ਤਾਏ ਚਾਚੇ ਪਹਿਲੀ ਗੱਲ ਤਾਂ ਰਹੇ ਨਹੀਂ ਕੋਈ ਘਰਾਂ 'ਚ ਕਿਉਂਕਿ ਹੁਣ ਤਾਂ ਇਹ ਓਮੇ ਬਣ ਗਿਆ ਅ ਤੀਰਥ ਸਥਾਨ ਵਾਂਗੂ ਵੀ ਜਿਹੜਾ ਜਿਨੇ ਲਾਹੌਰ ਨਹੀਂ ਦੇਖਿਆ ਤਾਂ ਉਹਨੇ ਕੋ ਦੇਖੇ ਨਹੀਂ ਹੁਣ ਜਿਹੜੇ ਦਿੱਲੀ ਦੀ ਧਰਨਾ ਨਹੀਂ ਦੇਖਿਆ ਉਹਨੇ ਕੋ ਦੇਖੇ ਨਹੀਂ ਹੁਣ ਤਾਂ ਨਹੀਂ ਮੈਨੂੰ ਲੱਗਦਾ ਵੀ ਕੋਈ ਪੰਜਾਬੀ ਰਹਿ ਗਿਆ ਹੁਣ ਤਾਂ ਸਾਰੇ ਸਿੱਖ, ਮੁਸਲਮਾਨ, ਸਾਈ, ਹਿੰਦੂ ਸਭ ਬੰਦੇ ਪਹੁੰਚ ਗਏ ਹੁਣ ਤਾਂ ਜਲੂਸ ਨਿਕਲ ਗਿਆ ਜੇ ਨਾਮ ਮੰਨਿਆ ਤਾਂ ਇਹਦੀ ਸਰਕਾਰ ਟੁੱਟੂ ਗਰੰਟੀ ਆ ਦੇ ਆਪ ਦੇ ਬੰਦੇ ਭੱਜਣ ਲੱਗੇ ਕਰਨਾਟਕ ਵਾਲਿਆਂ ਨੇ ਸੰਸਦ ਬੁਲਾ ਲਈ ਕੇਰਲਾ ਨੇ ਸੰਸਦ ਬੁਲਾ ਲਈ ਸਾਰੇ ਰਾਜਾਂ ਨੇ ਆਂਦੀਆਂ ਸੰਸਦ ਬੁਲਾ ਕੇ ਸਾਰੇ ਬੰਦੇ ਦੇ ਕਾਨੂੰਨ ਰੱਦ ਕਰ ਰਹੇ ਆ ਹੁਣ ਤਾਂ ਕਿਸੇ ਪਾਸੇ ਡਾਉਣ ਰਹੇ ਨਹੀਂ ਆਪਾਂ ਜਿਹੜੇ ਹੁਣ ਮੀਟਿੰਗ 'ਚ ਦੋ ਇਹਨਾਂ ਨੇ ਕਾਨੂੰਨ ਕਹਿੰਦੇ ਸੀ ਛੋਟੇ ਵਾਪਸ ਲੈਣੇ ਤਾਂ ਕਾਨੂੰਨ ਤੁਸੀਂ ਲਿਆਂਦੇ ਨਹੀਂ ਸੀਾਨੂੰ ਤੁਸੀਂ ਨਾ ਉਹ ਕਹਿੰਦੇ ਨੇ ਪੰਜਾਬ ਹੁਣ ਅਸੀਂ ਹੋਰ ਕਰਨਗੇ ਕਹਿਣਗੇ ਵੀ ਸੋਡਿਓ ਦੋ ਕਾਨੂੰਨ ਅਸੀਂ ਰੱਦ ਕਰਤੇ ਵੀ ਤੁਸੀਂ ਸਾਡੇ ਨਾਲ ਸੌਦਾ ਕਰ ਲਓ ਸੌਦਾ ਸਾਦਾ ਨਹੀਂ ਅਸੀਂ ਮੰਨਣਾ ਐਡਾ ਵੱਡਾ ਜਦੋਂ ਅਸੀਂ ਕੰਮ ਕਰ ਹੀ ਲਿਆ ਨਾ ਤੇ ਇਹ ਕਿਹੜਾ ਰੋਜ਼ ਲੋਕ ਇਕੱਠੇ ਹੁੰਦੇ ਆ ਅਸੀਂ ਤਾਂ ਹੁਣ ਇਹਨੂੰ ਰੱਦ ਕਰਾ ਕੇ ਜਾਣਾ ਕੁਛ ਮਰਜ਼ੀ ਹੋ ਜੇ ਖਿੱਚ ਕੇ ਬੱਸ ਸ਼ੇਅਰ ਕਰ ਦਿਆ ਕਰੋ ਕੱਲੇ ਕੱਲੇ ਬੰਦੇ ਦੀ ਵੀਡੀਓ ਜਿਹੜਾ ਕਿਸਾਨਾਂ ਦੇ ਹੱਕ ਤੇ ਬੋਲਦਾ ਜਲੂਸ ਕੱਢ ਦੋ ਮੋਦੀ ਦਾ ਇਹ ਹੀ ਗੱਲਾਂ ਮਤਹੀ ਧੰਨਵਾਦ ਜੀ